पटियाला दी एक होर धी ने विदेश की धरती ते चमकाया पटियाला शहर का नाम। शाही शहर पटियाला दी रहन वाली 18 साल दी खुशी दुबई 2021 दे एशियन बॉक्सिंग चैंपियनशिप दे गोल्ड मैडल जीत के अपना अते अपने परिवार अते भारत देश का नाम रोशन किया। तुहानू दसिए कि इस चैंपियनशिप दे विच 17 देशों के खिडारियों ने हिस्सा लिया सी। इस मौके पर खिडारन खुशी ने आख्या कि उसने गोल्ड मैडल उस खिडारी तो जीतया जिसने उसनु 2 साल पहला हराया सी। खुशी ने आख्या कि वह हूँ 2024 पैरिस विच होन जा रहे मुकाबले की तैयारी कर रही है, उस विच भी गोल्ड मैडल जीत के भारत देश का नाम रोशन करेगी। पटियाला तो कवलजीत सिंह की रिपोर्ट, लाइव भारत। बेटा की नाम है ते तुसी केड़ी कैटेगरी दी गेम करदे हो ते अज तुसी किथे थोड़ा कंपटीशन सीगा? मेरा नाम खुशी है ते मैं यूथ बॉक्सिंग एशियन चैंपियनशिप विच पार्टिसिपेट करन गई सी जिथे मैं गोल्ड मैडल प्राप्त कीता। मैं 75 केजी वी भार वर्ग विच खेलदी हां। ਅਤੇ ਬੇਟਾ ਕਿੰਨੇ ਉੱਥੇ ਸੀਗੇ ਕੰਪੀਟੀ ਜਿਹੜੇ ਦੇਸ਼ ਆਏ ਸੀਗੇ? ਉੱਥੇ 17 ਦੇਸ਼ ਆਏ ਸੀ। ਅਤੇ ਕਿਸ ਖਿਡਾਰੀ ਨੂੰ ਹਰਾ ਕੇ ਤੁਸੀਂ ਗੋਲਡ ਮੈਡਲ ਜਿੱਤਿਆ? ਕਜ਼ਾਕਿਸਤਾਨ ਦੀ 75 ਕੇਜੀ ਦੀ ਕੁੜੀ ਸੀ ਜਿਹਨੂੰ ਮੈਂ ਹਰਾ ਕੇ ਗੋਲਡ ਮੈਡਲ। ਮੁਸ਼ਕਿਲ ਸੀ ਜੀ? ਮੁਸ਼ਕਿਲ ਸੀ। ਕਿੰਨਾ ਕੁ ਸਮਾਂ ਲੱਗਿਆ ਉਹਨੂੰ ਹਰਾਉਣ ਦੇ ਵਿੱਚ? ਪਿਛਲੇ 2 ਸਾਲ ਪਹਿਲਾਂ ਮੈਂ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਹ ਤੋਂ ਹਾਰੀ ਸੀ ਅਤੇ ਅੱਜ 2 ਸਾਲ ਬਾਅਦ ਮੈਂ ਯੂਥ ਏਸ਼ੀਅਨ ਚੈਂਪੀਅਨਸ਼ਿਪ ਵਿੱਚ ਉਹਨੂੰ ਮਤਲਬ ਉਹਦੇ ਨਾਲ ਖੇਡ ਕੇ ਉਹਨੂੰ ਹਰਾ ਕੇ ਮੈਡਲ ਲਿਆ। ਕਿੱਦਾਂ ਸਰਕਾਰ ਵੱਲੋਂ ਕੋਈ ਤੁਹਾਡੇ ਕੋਈ ਫੋਨ ਆਇਆ ਹੋਵੇ, ਤੁਸੀਂ ਗੋਲਡ ਮੈਡਲ ਜਿੱਤ ਕੇ ਆਏ ਹੋ, ਕੋਈ ਪ੍ਰਸ਼ਾਸਨ ਵੱਲੋਂ ਕੋਈ ਫੋਨ ਆਇਆ ਹੋਵੇ, ਕੋਈ ਮਦਦ ਕੀਤੀ ਹੋਵੇ? ਨਹੀਂ, ਸਰਕਾਰ ਵੱਲੋਂ ਹਲੇ ਕੋਈ ਫੋਨ ਨਹੀਂ ਆਇਆ। ਕੋਈ ਪਟਿਆਲਾ ਪ੍ਰਸ਼ਾਸਨ ਵੱਲੋਂ, ਕੋਈ ਪਟਿਆਲਾ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਵੱਲੋਂ? ਨਹੀਂ, ਹਲੇ ਪਟਿਆਲਾ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਵੱਲੋਂ ਹਲੇ ਕੋਈ ਫੋਨ ਨਹੀਂ ਆਇਆ। ਬਸ ਮੇਰੇ ਸਰ ਨੇ, ਜੋ ਬੇਸਿਕ ਕੋਚ ਨੇ ਮੇਰੇ, ਹਰਪ੍ਰੀਤ ਸਿੰਘ ਜੀ, ਬਸ ਉਹ ਸਵਾਗਤ ਕਰਨ ਜ਼ਰੂਰ ਆਏ ਸੀ। ਕੀ ਬਣਨਾ ਕੀ ਚਾਹੁੰਦੇ ਬੇਟਾ? ਮੈਂ ਓਲੰਪਿਕ 'ਚ ਮੈਡਲ ਲੈਣਾ ਚਾਹੁੰਦੀ ਹਾਂ, ਆਪਣੇ ਦੇਸ਼ ਲਈ, ਆਪਣੇ ਪੇਰੈਂਟਸ ਦਾ ਨਾਮ ਰੋਸ਼ਨ ਕਰਨਾ ਚਾਹੁੰਦੀ ਹਾਂ। ਹਾਲ ਫਿਲਹਾਲ ਮੇਰਾ ਟਾਰਗੇਟ ਹੈ। ਪਾਪਾ ਪੂਰੀ ਸਪੋਰਟ ਕਰਦੇ? ਮੰਮਾ ਪਾਪਾ? ਹਾਂ, ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਮੇਰੇ ਪੇਰੈਂਟਸ। ਮਤਲਬ ਜੋ ਚੀਜ਼ ਮੈਂ ਕਹਿੰਦੀ ਹਾਂ ਉਹ ਹੀ ਮਿਲਦੀ ਹੈ। ਕਿੰਨੇ ਘੰਟੇ ਤੁਹਾਡੀ ਪ੍ਰੈਕਟਿਸ ਰਹਿੰਦੀ ਹੈ ਦਿਨ ਦੇ ਵਿੱਚ? ਦਿਨ ਦੇ ਵਿੱਚ 5-5.5 ਘੰਟੇ, ਮਤਲਬ 2.5 ਘੰਟੇ ਸ਼ਾਮੀ, 3 ਘੰਟੇ ਮਤਲਬ ਸਵੇਰੇ, ਐਵੇਂ ਟ੍ਰੇਨਿੰਗ ਰਹਿੰਦੀ ਹੈ।